ਦਿਲ ਦੀਆਂ ਗੱਲਾਂ YouTube ਚੈਨਲ ਤੇ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੀ ਇਹ ਵੀਡੀਓ ਬਹੁਤ ਹੀ ਇਮੋਸ਼ਨਲ ਹੈ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਇਹਨੂੰ ਲਾਈਕ, ਸ਼ੇਅਰ ਤੇ ਤੇ ਕਮੈਂਟ ਜ਼ਰੂਰ ਕਰਿਓ। ਤੇ ਵੀਡੀਓ ਬਣਾਉਣ ਦਾ ਜਿਹੜਾ ਮੁੱਖ ਉਦੇਸ਼ ਹੈ ਪੰਛੀਆਂ ਤੇ ਰੁੱਖਾਂ ਦੀ ਸੰਭਾਲ ਹੈ। ਜੇ ਅਸੀਂ ਰੁੱਖ ਲਗਾਵਾਂਗੇ ਤਾਂ ਜਿਹੜੇ ਪੰਛੀ ਨੇ ਉਹਨਾਂ ਨੂੰ ਘਰ ਵੀ ਮਿਲਣਗੇ ਤੇ ਨਿੱਕੇ-ਨਿੱਕੇ ਬੋਟ ਸਾਡੇ ਆਲੇ-ਦੁਆਲੇ ਨੂੰ ਆਪਣੀ ਚਾਹ ਚਾਹਟ ਦੇ ਨਾਲ ਹੋਰ ਵੀ ਸੁੰਦਰ ਬਣਾ ਦੇਣਗੇ ਸਾਡਾ ਘਰ ਸ਼ਹਿਰ ਦੇ ਵਿੱਚ ਹੋਣ ਕਰਕੇ ਕੋਈ ਰੁੱਖ ਨਹੀਂ ਲੱਗਾ ਹੋਇਆ ਸਾਰਾ ਘਰ ਪੱਕਾ ਹੈ ਸ਼ਾਇਦ ਇਸ ਕਰਕੇ ਪੰਛੀਆਂ ਦੇ ਇੱਕ ਜੋੜੇ ਨੇ ਘਰ ਦੀ ਛੱਤ ਦੇ ਵਿੱਚ ਖਾਲੀ ਥਾਂ ਤੇ ਆਪਣਾ ਆਲਣਾ ਬਣਾਉਣਾ ਠੀਕ ਸਮਝਿਆ ਦੋਵਾਂ ਨੇ ਤੀਲਾ-ਤੀਲਾ ਇਕੱਠਾ ਕਰਕੇ ਬੜੀ ਮਿਹਨਤ ਦੇ ਨਾਲ ਆਲਣਾ ਬਣਾਇਆ ਜਦੋਂ ਉਹ ਆਲ ਨੇ ਲਈ ਸਮਾਨ ਇਕੱਠਾ ਕਰਕੇ ਲਿਆਉਂਦੇ ਤਾਂ ਦਿਲ ਕਰਦਾ ਸੀ ਕਿ ਇੱਕ ਆਲ ਨਾ ਟੰਗ ਦੇਵਾਂ ਪਰ ਪੰਛੀ ਐਨੀ ਗੈਰਤ ਵਾਲੇ ਹੁੰਦੇ ਨੇ ਕਿ ਉਹ ਕਿਸੇ ਦੇ ਬਣਾਏ ਹੋਏ ਆਲਨੇ ਦੇ ਵਿੱਚ ਨਹੀਂ ਰਹਿੰਦੇ ਸਗੋਂ ਆਪਣੇ ਲਈ ਆਪਣਾ ਘਰ ਆਪ ਬਣਾਉਂਦੇ ਨੇ ਉਹ ਸ਼ਾਇਦ ਇਹ ਸੋਚਦੇ ਹੋਣਗੇ ਕਿ ਇਸ ਆਲਨੇ ਦੇ ਵਿੱਚ ਉਹ ਅੰਡੇ ਦੇ ਕੇ ਆਪਣੇ ਬੱਚੇ ਪਾਲ ਲੈਣਗੇ ਮੈਨੂੰ ਆਲਨੇ ਦੇ ਵਿੱਚ ਦਿੱਤੇ ਅੰਡਿਆਂ ਦੀ ਗਿਣਤੀ ਦਾ ਨਹੀਂ ਪਤਾ ਕਿ ਅੰਡੇ ਕਿੰਨੇ ਦਿੱਤੇ ਤੇ ਨਾ ਹੀ ਅੰਡੇ ਦੇ ਵਿੱਚੋਂ ਨਿਕਲੇ ਬੱਚਿਆਂ ਦਾ ਪਤਾ ਲੱਗਿਆ ਪਰ ਉਹ ਆਲਨੇ ਦੇ ਵਿੱਚ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਲੈ ਕੇ ਆਉਂਦੇ ਸੀ ਅਚਾਨਕ ਇੱਕ ਦਿਨ ਜਦੋਂ ਮੈਂ ਸਵੇਰੇ ਉੱઠી ਤਾਂ ਬਾਹਰ ਵਿੜੇ ਦੇ ਵਿੱਚ ਆਈ ਤੇ ਦੇਖਿਆ ਕਿ ਕੁਝ ਹੀਠਾ ਡਿੱਗਿਆ ਪਿਆ ਹੈ ਨੇੜੇ ਜਾ ਕੇ ਦੇਖਿਆ ਤਾਂ ਉਹ ਆਲਨੇ ਵਿੱਚ ਉ ਡਿੱਗਾ ਹੋਇਆ ਬੋਟ ਸੀ ਇੰਨੀ ਉਚਾਈ ਤੋਂ ਡਿੱਗ ਕੇ ਭਲਾ ਉਹ ਕਿਵੇਂ ਬਚ ਸਕਦਾ ਸੀ ਮੈਂ ਉਸ ਨੂੰ ਨਿਹਾਰਿਆ ਉਸ ਦੇ ਖੰਭ ਵੀ ਥੋੜੇ ਥੋੜੇ ਨਿਕਲੇ ਹੋਏ ਸੀ ਸ਼ਾਇਦ ਉਹ ਹਿੱਲਣ ਜੁਲਣ ਦੀ ਕੋਸ਼ਿਸ਼ ਕਰਦਾ ਹੋਇਆ ਹੀ ਆਪਣੇ ਆਲਨੇ ਦੇ ਵਿੱਚੋਂ ਹੇਠਾਂ ਡਿੱਗ ਪਿਆ ਹੋਣਾ ਦੋਵੇਂ ਪੰਛੀਆਂ ਦਾ ਆਲਨੇ ਦੇ ਵਿੱਚ ਜਿਹੜਾ ਆਉਣਾ ਜਾਣਾ ਸੀ ਹੁਣ ਘਟ ਹੋ ਗਿਆ ਸੀ ਮੈਂ ਇਹ ਗੱਲ ਵੀ ਨੋਟ ਕੀਤੀ ਐਤਵਾਰ ਨੂੰ ਛੁੱਟੀ ਹੋਣ ਕਰਕੇ ਮੈਂ ਘਰ ਹੀ ਸੀ ਮੈਂ ਦੇਖਿਆ ਕਿ ਦੋਵੇਂ ਪੰਛੀ ਆਉਂਦੇ ਨੇ ਆਲਣਾ ਦੇਖਦੇ ਨੇ ਤੇ ਚਲੇ ਜਾਂਦੇ ਨੇ ਇਹ ਇਸ ਤਰ੍ਹਾਂ ਪੂਰੇ ਦਿਨ ਵਿੱਚ ਪਤਾ ਨਹੀਂ ਕਿੰਨੀ ਕੁ ਵਾਰ ਹੋਇਆ ਸ਼ਾਇਦ ਉਹ ਇਹ ਸੋਚਦੇ ਹੋਣਗੇ ਕਿ ਉਹਨਾਂ ਦਾ ਬੱਚਾ ਵੱਡਾ ਹੋ ਕੇ ਉਡਣ ਲੱਗ ਪਿਆ ਹੋਵੇ ਅਤੇ ਇਸ ਆਲ ਨੇ ਵਿੱਚ ਕਦੇ ਤਾਂ ਆਉਂਦਾ ਹੀ ਹੋਣਾ ਪਰ ਉਹਨਾਂ ਨੂੰ ਕੀ ਪਤਾ ਏ ਕਿ ਉਹ ਹੁਣ ਇਸ ਦੁਨੀਆ ਵਿੱਚ ਇਕੱਲੇ ਨਹੀਂ ਉਹਨਾਂ ਦਾ ਬੱਚਾ ਉਹਨਾਂ ਕੋਲੋਂ ਸਦਾ ਲਈ ਖੋ ਗਿਆ ਏ ਮੇਰੇ ਕੋਲੋਂ ਉਹਨਾਂ ਬੇਜਵਾਨ ਭੋਲੇ-ਪਾਲੇ ਪੰਛੀਆਂ ਦੇ ਜੋੜੇ ਦੀ ਉਦਾਸੀ ਨਹੀਂ ਦੇਖੀ ਜਾਂਦੀ ਪਰ ਮੈਂ ਪਰਮਾਤਮਾ ਅੱਗੇ ਇੱਕ ਅਰਦਾਸ ਕਰਦੀ ਹਾਂ ਕਿ ਉਹ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਅਤੇ ਅਸੀਂ ਆਪਣੇ ਘਰਾਂ ਦੇ ਵਿੱਚ ਇੱਕ ਜਾਂ ਦੋ ਦੋ ਰੁੱਖ ਜ਼ਰੂਰ ਲਗਾਈਏ ਤਾਂ ਜੋ ਪੰਛੀਆਂ ਲਈ ਘਰਾਂ ਦਾ ਪ੍ਰਬੰਧ ਹੋ ਸਕੇ ਉਹਨਾਂ ਨੂੰ ਇੱਕ ਵਧੀਆ ਰਹਿਣ ਬਸੇਰਾ ਮਿਲ ਸਕੇ ਅਸੀਂ ਦਰੱਖਦਾਂ ਨੂੰ ਕੱਟਦੇ ਤਾਂ ਰਹਿੰਦੇ ਆ ਪਰ ਲਗਾਉਣ ਦੀ ਲਈ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਇਸ ਕਰਕੇ ਜਿੰਨੀ ਵੀ ਥਾਂ ਤੁਹਾਡੇ ਕੋਲ ਅਵੇਲੇਬਲ ਹੁੰਦੀ ਹੈ ਤੁਸੀਂ ਉਹਦੇ ਅਕੋਰਡਿੰਗ ਬੂਟੇ ਜ਼ਰੂਰ ਲਗਾਓ ਤਾਂ ਜੋ ਕਿਸੇ ਵੀ ਪੰਛੀ ਦੇ ਜਿਹੜੇ ਬੱਚੇ ਨੇ ਉਹ ਇਸ ਤਰੀਕੇ ਨਾਲ ਨਾ ਮਰਨ ਕਿਉਂਕਿ ਥਾ ਨੀਚੋਂ ਵੀ ਪੱਕੀ ਐ ਤੇ ਬੋਟ ਹੁੰਦਾ ਵੀ ਕਿੰਨਾ ਕਾ ਕਿੰਨੀ ਕੋ ਜਾਨ ਹੋਏਗੀ ਉਸ ਛੋਟੇ ਜਿਹੇ ਪਰਿੰਦੇ ਦੇ ਵਿੱਚ ਜੀਨੇ ਕੇ ਹਾਲੇ ਦੁਨੀਆ ਦੇਖਣੀ ਸੀ ਤੇ ਸਾਡੀ ਵੀ ਦੁਨੀਆ ਰੁਸ਼ਨਾਉਣੀ ਸੀ ਸਾਡਾ ਜਿਹੜਾ ਵਾਤਾਵਰਨ ਨੂੰ ਹੋਰ ਸੁੰਦਰ ਬਣਾਉਣਾ ਸੀ ਬਟ ਉਹ ਪਹਿਲਾਂ ਹੀ ਇਸ ਦੁਨੀਆ ਤੋਂ ਸਾਡੇ ਕੋਲੋਂ ਰੁਕਸਤ ਹੋ ਗਿਆ ਸਾਨੂੰ ਅਲਵਿਦਾ ਕਹਿ ਗਿਆ ਤੇ ਹੁਣ ਵੀ ਮੈਂ ਦੇਖਦੀ ਆਂ ਚਿੜੀ ਆਉਂਦੀ ਐ ਦੋਨੋਂ ਆਉਂਦੇ ਐ ਬਾਰ-ਬਾਰ ਦੇਖਦੇ ਆ ਤੇ ਉਦਾਸ ਜੇ ਹੋ ਕੇ ਮੁੜ ਜਾਂਦੇ ਆ ਬਟ ਮੈਂ ਉਹਨਾਂ ਦੀ ਜਿਹੜੀ ਉਦਾਸੀ ਆ ਉਹ ਨਹੀਂ ਦੂਰ ਕਰ ਸਕਦੀ ਪਰ ਅਸੀਂ ਸਾਰੇ ਮਿਲ ਕੇ ਇਹ ਜਿਹੜਾ ਐਫਰਟਸ ਉਹ ਕਰ ਸਕਦੇ ਆ ਕਿ ਅਸੀਂ ਇਹਨਾਂ ਪੰਛੀਆਂ ਦੇ ਲਈ ਜਿਹੜੇ ਘਰ ਨੇ ਉਹਨਾਂ ਦਾ ਇੰਤਜ਼ਾਮ ਕਰੀਏ ਤੇ ਜਿਹੜੇ ਰੁੱਖ ਨੇ ਸੀ ਇਹਨਾਂ ਦੇ ਲਈ ਉਹ ਲਗਾਈਏ ਜਿੰਨੀ ਇੱਕ ਪੋਸਿਬਿਲਿਟੀ ਹੈਗੀ ਹੈ ਤਾਂ ਸਾਰੇ ਜਾਣੇ ਪਲੀਜ਼ ਜ਼ਰੂਰ ਸਹਿਯੋਗ ਦਿਓ ਸ਼ਾਇਦ ਵੀਡੀਓ ਦੇਖ ਕੇ ਤੁਹਾਨੂੰ ਵੀ ਕੁਝ ਮਹਿਸੂਸ ਹੋਇਆ ਹੋਵੇ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਜੋ ਵੀਡੀਓ ਦੇਖ ਕੇ ਹੋਰਾਂ ਨੂੰ ਵੀ ਸਮਝ ਆ ਸਕੇ ਕਿ ਅਸੀਂ ਕਿੰਨਾ ਗਲਤ ਕਰ ਰਹੇ ਹਾਂ ਸਾਡੇ ਕੁਦਰ ਤੇਰੇ ਨਾਲ ਕਿੰਨਾ ਅਸੀਂ ਖੇਲਵਾੜ ਕਰ ਰਹੇ ਹਾਂ